ਮੇਰੀ ਮਾਂ ਨੇ ਸੰਭਾਲਿਆ ਬਾਈ ਸਾਰਾ ਸੌਦਾ ਮਤਲਬ ਮੇਰੀ ਮਾਂ ਨੇ ਕੰਮ ਕਰਿਆ ਬਾਈ ਜਮਾ ਜਮਾ ਜਗਾ 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 ਬਈ ਕੰਮ ਕਰ ਕਰ ਕੇ ਮੇਰੀ ਮਾਂ ਇਸ ਟਾਈਮ ਤਾਂ ਮੇਰੀ ਮਾਂ ਕਰ ਰਹੀ ਹੈ ਜੋ ਵੀ ਕਰ ਰਹੀ ਹੈ ਲੇਕਿਨ ਇਹ ਸਾਰਾ ਬੋਝ ਮੇਰੇ ਕੰਧੇ ਆ ਬਾਈ ਮੰਨਾ ਸੰਭਾਲਣਾ ਕਿ ਜਾਏ ਸਵੈਗ ਮੀਡੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੇ ਅੱਜ ਆ ਗਿਲ ਕੁਰਾੜੀ ਕੇ ਤਾਂ ਆਮ ਰਾਮ ਪਹਿਲਾਂ ਦਿਲ ਟੁੱਟੇ ਕਰਾ ਦਾ ਤਾਉ ਮੇਲਾ ਮੈਂ ਤਾਂ ਕਾਟ ਵਾਲਾ ਟਰੈਕਟਰ ਕੋ ਨਹੀਂ ਲਿਆਇਆ ਤਾਉ ਮੇਲਾ ਮੈਂ ਤਾਂ ਕਰਪਾਨ ਕੋ ਨਹੀਂ ਲਿਆਇਆ ਤਾਉ ਮੇਲਾ ਮੈਂ ਤਾਂ

ਕਿ ਰਾ ਮੈਡਮ ਜੱਥੀ ਤੋਂ ਮੇਰੀ ਗੈਲ ਮੈਂ ਕਿਤਨਾ ਖੁਸ਼ ਰਹਿ ਕਰਦਾ ਤੇਰੇ ਇੱਕ ਛੋਟੇ ਸੇ ਧੋਖੇ ਨੇ ਮੈਂ ਪਾਗਲ ਬਣਾ ਦਿਆ ਤੇਰੀ ਇੱਕ ਬੇਵਫਾਈ ਨੇ ਮੇਰੇ ਹੱਥ ਵਿੱਚ ਪੈਨ ਠਵਾ ਦਿਆ ਕਾਪੀ ਤਾਂ ਮੈਡਮ ਕਦੇ ਸਕੂਲੋਂ ਵੀ ਨਹੀਂ ਭਰੀ ਥੀ ਜਦਕਿ ਤੇਰੇ ਉੱਪਰ 40 ਸਾਲਾ ਰਜਿਸਟਰ ਵਰਕ ਵਗੈ ਦਿਆ ਕੀ ਬਾਤ ਹੈ 40 ਸਾਲਾ ਰਜਿਸਟਰ ਵਰ ਦਿਆ ਪੈਨ ਰਜਿਸਟਰ ਵਰਾਂ ਤੇ ਕੋਸ ਥੀਟਾ ਕਾ ਸਾਈਨ ਥੀਟਾ ਕਾ ਬਾਬਰ ਕੁੱਕਰ ਆਇਆ ਥਾ ਬਾਬਰ ਦਾ ਯੁੱਧ ਕੁੱਕਰ ਹੋਇਆ ਥਾ ਅੱਜ ਕੱਲ ਵਾਲੇ ਦੇਖ ਲਿਓ ਕਿਉਂਕਰ ਸਾਇਰੀਆਂ ਗਲਾ ਕਾਪੀ ਭਰਾ ਹੈ ਤਾਂ ਸਾਰੇ ਜਾਣਾ ਹੈ ਲੇਕਿਨ ਆਊਟ ਆਫ ਕੰਟਰੀ ਦੇ ਬਈ ਕੇ ਸੇਖ ਆਸਟ੍ਰੇਲੀਆ ਕੇ ਗੋਰੇ ਅਮਰੀਕਾ ਕੇ ਕਾਲੇ ਜਾਣਨਾ ਚਾ ਰਹੇ ਹਨ ਤੇਰਾ ਗਾਮ ਗੌਂਡ ਜ਼ਿਲ੍ਹਾ ਤਹਿਸੀਲ ਕੇ ਬਾਰੇ ਮੈਂ ਬਈ ਸਾਰ ਆਪਣਾ ਨਰਵਾਣਾ ਹੈ ਤਹਿਸੀਲ ਵੀ ਨਰਵਾਣਾ ਯਾਰ ਜ਼ਿਲ੍ਹਾ ਬਈ ਆਪਣਾ ਜਿੰਦ ਹੈ ਜ਼ਿਲ੍ਹਾ ਜਿੰਦ ਹੈ ਚਲਾ ਗਾਗਾ ਕਰਾਂਗੇ ਸਾਇਰੀ ਕੀ ਸ਼ੁਰੂਆਤ ਹੈ ਸਰਪੰਦ ਨੂੰ ਬਤਾ ਤਰੀ ਉਮਰ ਕਿਤਨੀ ਹੈ ਬਈ ਉਮਰ ਮੇਰੀ 15 ਸਾਲ ਕੇ ਹੋ ਗਿਆ ਲਾ ਬਈ 15 ਸਾਲ ਕਾ ਉਮਰ ਹੈ ਔਰ 40 ਕਾਪੀ ਭਰ ਰਿਹਾ ਹੈ ਸਾਇਰੀਆਂ ਕੀ ਐ ਸਾਇਰੀ ਕੀ ਸ਼ੁਰੂਆਤ ਕਿਸ ਤਰ੍ਹਾਂ ਕਰੀ ਤਨਾ भाई सैरी की शुरुआत ना वो छोटा सोया करू था, सोय था मैं और भाई बेरा कौन था मतलब किसी चीज गरीब भी मतलब गरीबी देखी भाई दो चीजा तीन चीजा दिल टूटे कराई धोखा फिर भाई छोरी धोखा दे दे इन चीजा तीन चीजा दिल टूटे भाई अपना घर के ला ने दिल तोड़या भाई भाई मतलब कि कड़िया चारा नहीं था मेरा पापा था मेरे पापा का दरंग मार गया था भाई महाराष्ट्र में जाएगा मतलब की मारे दो डबड़ी थी भाई एक डबड़ी बेचकमा मेरे पापा को ऊपर लगे मतलब बच गया मेरा चाचा ਮੇਰਾ ਚਾਚਾ ਕਾ ਵੀ ਆਈ ਬਿਮਾਰੀ ਆਈ ਥੀ ਭਇਓ ਤੋ ਮਤਲਬ ਕਿ ਭਾਈ ਰਾਮ ਨੇ ਪਿਆਰ ਹੋ ਗਿਆ ਕੁਛ ਕਹਿ ਨਹੀਂ ਸਕਦੇ ਯਾਰ ਜਹਨ ਸਾਹ ਉਹ ਤੋ ਜਾਵੇਗਾ ਜਿ ਦੇਖੀ ਸੀ ਬਾਤੋਂ ਨਹੀਂ ਫਿਰ ਮੇਰੇ ਪਾਪਾ ਕਾ ਭਾਈ ਆ ਦਿੱਕਤ ਹੋ ਗਈ ਥੀ ਫਿਰ ਯਾਰ ਜਮਨੂ ਕਿਆ ਕਰੇ ਨੀ ਇੱਕ ਟਾਈਮ ਰੋਟੀ ਮਿਲੇ ਕਰੇ ਫਿਰ ਦੋ ਟਾਈਮ ਭੁੱਖੇ ਮਰਿਆ ਕਰਾਂ ਥੇ ਭਾਈ ਫਿਰ ਇਸ ਚੀਜ਼ ਨੇ ਭਾਈ ਨੁਸ ਖੈ ਦੇਵਾ ਆਸ ਤੋ ਕਿ ਮਨ ਕੇ ਮੈਂ ਕਰਨਾ ਉਸ ਟਾਈਮ ਯਾਰ ਪੜਾਈ ਮੈਂ ਵੀ ਨੂ ਥਾ ਲੇਕਿਨ ਫਿਰ ਇਸ ਚੀਜ਼ ਕਾ ਭੈ ਰਹਾ ਪੜਾਈ ਆਣਗੀ ਵੈਲਿਊ ਕੋ ਨਹੀਂ ਰਹਿ ਰਹੀ ਕਿ ਮੈਂ ਅੱਛਾ ਫਿਰ ਭਾਈ ਆਪਣਾ ਯੂ ਥਾ ਮਤਲਬ ਸਬਦ ਜੁੜਨ ਲੱਗੇ ਥਾ ਘ ਹਾਂ ਬਾਈ ਨੂੰ ਤਾਂ ਚੱਲ ਤਨੇ ਵੀ ਨੂੰ ਕਹਿਆ ਕਿ ਮੈਂ ਪਹਿਲਾ ਮੈਂ ਬਾਲਕ ਥਾ ਇਹ ਬ ਕਿਤਨਕ ਵੱਡਾ ਹੋ ਗਿਆ ਤੂੰ ਮਤਲਬ ਇਹ ਬੁੱਧੀ ਆਏਗੀ ਬਾਈ ਅੱਛਾ ਹਾਂ ਦੇਖ ਬਾਈ ਜੋਗਰ ਲੈ ਤਨੇ ਸਾਈਡ ਸਾਇਰੀ ਗਾਵਾ ਹੈ ਰਿਸ਼ਤੇਦਾਰ ਕੇ ਕਰ ਰਹੇ ਹਾਂ ਤਾਉ ਤਾਈ ਚਾਚੀ ਚਾਚਾ ਦਾਦਾ ਦਾਦੀ ਕੇ ਕਵੇਂ ਬਈ ਕੁਛ ਨਹੀਂ ਕਹਿੰਦੇ ਬਸ ਨੁਗਾ ਬਈ ਲਾਣਾ ਤੜ ਨਾਈ ਕਿਸੇ ਦਾ ਬਣਾਰ ਕਰ ਬਈ ਵਿਸ਼ਵਾਸ ਬਣਾਣਾ ਪੜਿਆ ਸਭ ਤੋਂ ਪਹਿਲਾਂ ਬਸ ਜਬ ਤੈਨਾਂ ਬੇਰ ਅਗਰ ਕੇਗਾ ਵਿਸ਼ਵਾਸ ਸਭ ਮੈਂ ਪਹਿਲਾਂ ਜ਼ਰੂਰੀ ਹੈ ਫਿਰ ਅਗ ਕੰਮ ਹੋਇਆ ਕਰੇ ਸਾਰੇ ਅੱਛਾ ਅਗਰ ਕੇਗਾ ਵਿਸ਼ਵਾਸ ਹੋਵੇ ਕਿੜੀਆਂ ਗਲਤ ਚੀਜ਼ ਮੈਂ ਕੋਈ ਨਹੀਂ ਬੜਾ ਅੱਛਾ ਗਲਤ ਚੀਜ਼ ਮੈਂ ਕੋਈ ਨਹੀਂ ਬੜਾ ਤੋ ਇੱਕ ਭਾਈਓ ਮੈਂ ਤਰਤੇ ਇੱਕ ਬਾਤ ਰੋਤਾ ਦਿਉ ਬਿਨਾ ਪੈਸਾ ਕੀ ਫੇਮ ਬਹੁਤ ਮਾੜੀ ਚੀਜ਼ ਹੋ ਰਹੀ ਇਹ ਜੋ ਚਲ ਠੀਕ ਤਰਨਾ ਮੋ ਰਹਾ ਹੈ ਪੀਸੇ ਵੀ ਕਮਾਵਾ ਹੈ ਤੁਸੀਂ ਚੀਜ਼ ਤਾਂ

चीज चलती को नहीं लेकिन इंस्टाग्राम पे के स्टोरी का कोई 5000 7000 में के तेरी सारी जिंदगी काट लेगा तू भाई आपे ना तू देख इंस्टाग्राम पर निर्भर आ जे इंस्टाग्राम पर निर्भर हूं मैं पढ़ाई लिखाई सारा सौदा छोड़ दंदा भाई ठीक आप हिसाब है अपन शौक है सिर्फ एक नाम कमाना भाई आपे नाम कमांगे इसी बात को नहीं है भाई इंस्टाग्राम पर निर्भर हूं और भाई इंस्टाग्राम में खाना नहीं दे ऐसी बात को नहीं है ना ना वो तो मैं तेरी बात मानेंगे लेकिन तने भी कही थी कि पढ़ाई जरूरी को नहीं आज घटे मत ना थोड़ी सी आन पहला कही थी कि पढ़े लिखे ना कुछ को नहीं बेरा ऐसा कुछ तने कहया था मैंने नहीं कही मैंने ये बात कही पढ़ाई की वैल्यू को ਨਹੀਂ ਆ ਬਾਈ ਬਾਈ ਦੇਖ ਯਾ ਤਾਂ ਮੇਰਾ ਸੇ ਮੈਂ ਉਰਤ ਨਾ ਗਲਤ ਠਹਿਰਾਉਂਗਾ ਛੋਟੇ ਭਾਈ ਪੜਾਈ ਕੇ ਵੈਲਿਊ ਕਿਹਾਂ ਤਾਂ ਕੋਨੀ ਦੇਖੋ ਜਿੰਨੇ ਵੀ ਆਪਣੇ ਅਫਸਰ ਲੱਗਾ ਹੈ ਸਾਰੇ ਪੜ ਲਿਖਾ ਲੱਗਾ ਹਨ ਪੜ ਵੀ ਲੱਗਾ ਕੋਈ ਬਾਈ ਰਿਸ਼ਵਤ ਕਸ ਖੇਲ ਆਜ ਅੱਛਾ ਹਾਂ ਰਿਸ਼ਵਤ ਬਿਨਾ ਕੋਈ ਕਿਸੇ ਨਾ ਕੁਛ ਨਹੀਂ ਬਾਈ ਦੇਖ ਜਮਾ ਚਾ ਛੋਟੀ ਛੋਟੀ ਲੈ ਲੈ ਵੱਡੀ ਤਾਂ ਵੱਡੀ ਲੈ ਲੈ ਹਰ ਜਗ੍ਹਾ ਬਾਈ ਪੀਸਾ ਚੱਲ ਜਿਸ ਕੀ ਗੋਜ ਮਗਾਂਦੀ अच्छा चल तेरी मेऊ रही बात तेरी है तेरी 15 साल है उम्र है तेरी रतना के कायक नौकरी में फार्म भर लियोगे 15 साल की उम्र में तने 10वीं करियोगी ना भाई देखे बेरे के बात है मेरे लो भाई फोन भी आवे हैं और मेरे लो दो भाई पड़े भी हैं मतलब भी मेरे लो तो कोनी पड़े उन का फिजिकल कंप्लीट और मैंने खुद तो सीख के है भाई, है भाई बात उन भाई ਪੇਪਰ ਬਣ ਖਾਤਰ ਵੀ ਬਾਈ ਬੇਰ ਇਹ ਸੈਂਟਰ ਨੂੰ ਲੱਗ ਰਹੇ ਸੈਂਟਰ ਵਾਲਾ ਬੇਰ ਕੇ ਬਾਤ ਕਰਾ ਫੀਸ ਤਾਂ ਚਲ ਉਸਕੀ ਨਹੀਂ ਆ ਰਹੀ ਹੋਗੀ ਬਾਈ ਫੀਸ ਨਹੀਂ ਆ ਰਹੀ ਲੇ ਕੇ ਉਹ ਲੱਗ ਗਿਆ ਪਾਚ 40000 ਰੁਪਏ ਲੇਉਗਾ ਯਾਰ ਇਹ ਥੋੜੀ ਗੇ ਬਾਤ ਹੋਈ ਯਾਰ ਬਾਈ ਦੇਖ ਮੈਂ ਚਲ ਠੀਕ ਹੁਣ ਕਗਲਾ ਬੇਰ ਨਹੀਂ ਕਿਉਰੀਆ ਮੇਰੇ ਤਾਂ ਜੇ ਗੂੰਗਾ ਕੰਨਾ ਕੱਚਾ ਨੋ ਹੈ ਇੱਕ ਤਾਂ ਬੈਰਾ ਹੁਣ ਸਿੱਖ ਲੈ ਬੈਰਾ ਬਹੁਤ ਜ਼ਰੂਰੀ ਹੈ ਦੇਖ ਤੋ ਖੁਦ ਪੱਡਾਗਾ ਤੇਰਾ ਖੁਦ ਕੋ ਉੱਪਰ ਪੱਡੇ ਬਿਨਾ ਕੁਛ ਵੀ ਕੋ ਨਹੀਂ ਹਾਂ ਭਾਈਆ ਤੋ ਇਹ ਦੇਖਿਆ ਯਾਰ ਮੈਂ ਦਰਤੇ ਵੀ ਕਹੀ ਹੈ ਯਾ ਤੋ ਬਾਤ ਮੈਂ ਇੰਸਟਾਗ੍ਰਾਮ ਕੋ ਉੱਪਰ ਨਿਰਭਰ ਕੋ ਨਹੀਂ ਬਾਈ ਆਪਣਾ نو وا تو بھگوان کا کام ہے بھائی دینی نوکری دینی اپنی طرف سے اپے فل محنت کراں گے جتنی زیادہ ہو سکے گی ٹھیک ہے اگے بھگوان جانا نوکری لاگاں گے نہیں گھر تو چلانے چکو کرے چلا لے بھائی ہن بتا کون سی کلاس میں پڑھدا تو کون سے کون سے سبجیکٹ لے ریا ہے 10ویں کلاس میں ہوں بھائی کون سے سبجیکٹ لے ریا ہے چھ سبجیکٹاں چھ ہاں کون سے کون سے ہندی میڈیم میں اگے انگلش میں پڑھدا تو ہندی میں ہوں بھائی ہندی میڈیم ہے 10ویں لگ رہیا کرن میرا حساب چل میں بھی 8 تا کر رہوں کوئی زیادہ مطلب یار 8 ٹڑے بڑکن لے کے ہے ਵੈਲੂ ਤਾਂ ਹੈ ਲੇਕਿਨ ਉਸ ਸ਼ਾਬ ਕੇ ਨਹੀਂ ਹੈ ਜੋ ਆਪਣਾ ਸਮਾਜ ਮੇ ਬੀਐਸਸੀ ਵਾਲਾ ਇੰਗਲਿਸ਼ ਮੀਡੀਅਮ ਵਾਲਾ ਬਲਕਾ ਆਪਣਾ ਕੇ ਹੈ ਵੀ ਜੋ ਸਾਇ ਇੰਗਲਿਸ਼ ਮੇ ਬੋਲਦੇ ਨੇ ਉਸਕੀ ਵੈਲੂ ਹੈ ਭਾਈਆ ਤਾਂ ਹੈ ਦੇਖ ਬਾਹਰ ਤੇ ਇਹਨ ਦੁਨੀਆਂ ਦਾ ਦੇਸ਼ ਹੈ ਇਸ ਟਾਈਮ ਇੰਗਲਿਸ਼ ਨੇ ਬੜਾਵਾ ਮਿਲਣ ਲੱਗ ਰਿਹਾ ਹੈ ਬਾਈ ਇਸ ਚੀਜ਼ ਤੂੰ ਵੀ ਦੇਖਣ ਲੱਗ ਰਿਹਾ ਹੈ ਇੰਗਲਿਸ਼ ਸਿੱਖਾਂ ਵਾ ਉੱਠਦੇ ਸਾਤਾ ਵਰ ਯੂ ਗੁੱਡ ਮਾਰਨਿੰਗ ਆਪਣਾ ਹਰਿਆਣਾ ਕੀ ਸਿਰਫ ਹੈ ਸੁਪਰ ਬਾਤ ਬਾਈ ਇਸ ਤਰ੍ਹਾਂ ਇਸ ਤਰ੍ਹਾਂ ਦੀ ਚੀਜ਼ ਹੋ ਰਹੀ ਹੈ ਇੰਗਲਿਸ਼ ਮੇ ਮਤਲਬ ਕੀ ਇੰਗਲੈਂਡਨ ਬਣਨ ਲੱਗ ਰਹੇ ਹੈ ਭਾਈ ਸਾਹਿਬ ਸਾਰਾ ਸੌਦਾ ਹੀ ਹੋ ਰਿਹਾ ਹੈ ਬਾਈ ਅੱਛਾ ਤੇਰਾ ਸੁਪਨਾ ਕੀ ਹੈ ਜੁਕਰੀ ਸਲੈਨ ਮੈਂ ਰਿਆ ਤੂੰ ਬਈ ਸਲੈਨ ਮੈਂ ਰਿਆ ਸਿੰਗਰ ਬਣਨਾ ਬਈ ਆਪਾਂ ਨੇ ਗਾਣੇ ਗੁਣੇ ਕਰਾਂਗੇ ਹਾਂ ਨੂੰ ਕੋਈ ਬਸ ਸਾਰੀ ਸਾਰੀ ਬਾ ਅੱਛਾ ਮੈਂ ਪਤਾ ਨਹੀਂ ਆ ਆਪਣਾ ਹਰਿਆਣਾ ਦਾ ਯੂਥ ਕੜਾ ਜਾਣ ਲੈ ਕੇ ਰਿਹਾ ਹੈ ਪਹਿਲਾਂ ਸੱਪਨੇ ਹੋਏ ਕਰਨ ਤੇ ਕਿ ਬਾਬੂ ਪੁਲਿਸ ਮੈਂ ਲੱਗੂਗਾ ਬਾਬੂ ਫੌਜ ਮੈਂ ਲੱਗੂਗਾ ਬਾਬੂ ਐਸਪੀ ਬਣੂਗਾ ਔਰ ਤੇਰਾ ਯੂ ਸੁਪਨਾ ਬਈ ਦੇਖ ਆਪਣੀ ਆਪਣੀ ਹੋਇਆ ਕਰ ਹੈ ਇਹ ਮੰਨ ਲੈ ਤੇਰਾ ਜੀਮ ਹੋ ਗਈ ਤਾਂ ਵਾ ਟੀਚਰ ਬਣਨ ਦਾ ਬਣਾਵਾ ਤੈਨੂੰ ਡਾਕਟਰ ਬਈ ਕੋਈ ਨਹੀਂ ਬਣਿਆ ਜਾਵੇ ਆਪਣਾ ਆਪਣਾ ਬਈ ਇੱਕ ਸੋਚ ਹੋਇਆ ਕਰ ਜਿਸ ਚੀਜ਼ ਵਿੱਚ ਬੰਦਾ ਦਾ ਇੰਟਰਸਟ ਹੋਇਆ ਕਰ ਵਾਹ ਇਹ ਚੀਜ਼ ਕਰਨੀ ਚਾਹੀਏ ਬਈ ਅੱਛਾ ਨੂੰ ਬਤਾ ਤੇਰਾ ਫੇਵਰਿਟ ਸਬਜੈਕਟ ਕੌਣ ਸਾ ਹੈ ਫੇਵਰਿਟ ਸਬਜੈਕਟ ਬਈ ਫਿਜ਼ੀਕਲ ਹੈ ਮੇਰਾ ਫਿਜ਼ੀਕਲ ਹੈ मनुष्य के शरीर में कितनी हड्डी पाई जाती है नू यार दो छह दो सौ छह सबसे छोटी हड्डी कौन सी अपना शरीर की सबसे छोटी तो भाई ने यूं कहा है कि मेरा फिर क्या बताऊंगा भी है सबसे छोटी। छोटी बता दे भाई दोनों बतावे <laughs> भाई दूसरा बाप सिर की भाई ना की नाक की ना ना गलत है भाई ये छोटी हड्डी वगैरह अपना कान की ਕਿਉਂ ਭਾਈ ਸਹੀ ਡਿਬਿਊ ਹੈ ਹਾਂ ਕਾਨਮਾ ਡਿਬਿਊ ਹੈ ਕੰਡ ਲੱਗ ਗਿਆ ਕਾਨਮਾ ਡਿਗ ਨਹੀਂ ਹੁੰਦੀ ਕਿ ਡਿਵਸਾ ਮਾ ਤੜੀ ਭਾਈ ਮੈਂ ਚੰਬਾ ਮਾ ਹਾਂ ਭਾਈ ਅਰੇ ਸਭ ਤੋਂ ਛੋਟੀ ਮਿਲਾ ਲੈ 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 ਬੋਲ ਬਤਾ ਭਾਈ ਨੂੰ ਲੱਗ ਰਿਹਾ ਕਰਨ ਨਾ ਅੱਛਾ ਜਿਉਂ ਬਤਾ ਤਾ ਨਾ ਕਿ ਕਿ ਆ ਵਾ ਹਤ ਨਾ ਇੱਕ ਕਾ ਚਿੱਤਰ ਬਣਾਣਾ ਵਾ ਹਾਂ ਬਣਾ ਦੇਉ ਬਣਾਉ ਨਾ ਨਾ ਬਣਾਣਾ ਤਾਂ ਥੋੜੀ ਉਟ ਹੁੰਦਾ ਜੋ ਆਪਣਾ ਅੱਖ ਮੈਂ ਲੈਂਸ ਯੂਜ਼ ਉਹ ਨਹੀਂ ਕੋਨਸਲੈਂਸ ਉਹ ਹੈ ਯੂ ਭਾਈ ਇੰਟਰਵਿਊ ਲੈ ਲਿਆ ਅੱਗੇ ਦੇਖਾ ਉਹ ਤਾਂ ਹੋਰ ਕੇ ਟੀਜ਼ਰ ਨਵਕਾ ਲੈ ਪੁੱਛੂ ਮੈਂ ਦਰਪਾ ਪੁੱਛ ਲੈ ਭਾਈ 2 2 2 ਕਿੰਨੇ ਹੋਗੇ 2 2 4 2 8 ਹੋਗੇ ਫੋਨ ਵਾਲਾ ਕੈਲਕੂਲੇਟਰ ਕੱਢ ਵਾਈ 8 ਹੋਗੇ ਭਾਈ ਗੁਣਾ ਮੈਂ ਹਾਂ ਚਾਹੂਗੇ ਭਾਈ ਕੈਮਰਾਮੈਨ ਤਨੂੰ ਹੰਗਵਾ ਲੋਵਾ ਕੈਮਰਾ ਲਿਆਓ ਬਸ 2 2 ਅਰ ਗੁਣਾ ਮੈਂ 2 ਬਰਮੇ ਕਰ ਰਿਹਾ ਭਾਈ ਬਰਮੇ ਕਿ ਵੀ ਹਮੇ ਤਾਂ ਵੀ ਇਹ ਵੀ ਕਰ ਰਿਹਾ ਹੂੰ ਲੈ ਵੀ ਦੇਖਦੇ ਹਾਂ ਬ੍ਰਾਈਟਨੈਸ ਬਤਾ 2 ਹਾਂ ਪਲਸ ਮੈਂ 2 गुणा दो, दो। अच्छा इसका यो फोन का वो है मेरा फोन मैं दे भाई यो कर ला यार आ फोन दे ले ले कमाल है यार ये तो रोशन आप तो कैलकुलेटर का, था भाई तेरा फोन में तो यो किसका कैलकुलेटर है दो प्लस में दो, दो। गुणा बराबर बराबर ना गुणा 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 में दो अच्छा अच्छा ठीक है बात दो दो चार साथी कैसे में भाई हमल टिपलायो हो गया ठीक है ठीक है इसमें तरीका लग हां तेरी बात सही है भयो काफी टाइम हो लिया तो पड्डा हमें तो पड़ता को नहीं टाइम फिर ये बात है भाई देखिए जोन से सवाल त ना मेरे पे पूछे त ना मैं भी चले आ दिया इने तरफ पूछे तो मैं भी चले तो मैथ को फेवरेट है तेरा तो फेवरेट है फिजिकल मेरा तो हिस्ट्री फेवरेट है हिस्ट्री का पूछ मेरे तक कि मैं भी हिस्ट्री दा पूछ हां पूछ रुक जा फिर बोलीविया का जो जलीय दोय था नी हां हां उसका मतलब नेतृत्व किसी ने किया था बोलीविया का नेतृत्व करे था। भाई साहब मेरा प्रॉपर ध्यान में नहीं है ऑप्शन मिलेंगे दे दऊं ला दे ला रोजा फैड करना सेवन पार्टी अलायंस <laughs> ने और भाई और कौन सा था ब्रुसेल्स देश ने हां और मतलब कि अन्याय मजदूर मजदार रह गए हां इसका क्या भाई ओ सेकंड ऑप्शन

भाई नेपाल का मेरा ध्यान में, में क्रांति चल रही थी भाई किस चीज़ की रहे? तो करा यार उसका के नाम प्रॉपर तरीका मेरा ध्यान में नहीं आ रहा भाई नेपाल में जो आंदोलन चलिया था नी और राजतंत्र न समाप्ति के लिए और लोकतंत्र ही प्राप्ति के, के लिए चलता था ठीक <laughs> है बात मेरा ध्यान में है भाई और बता घर के मैसेज मुसिज कितना है ਭਾਈ ਆ ਜੇ ਮੈਸੇਜ ਮਤਲਬ ਕਿ ਛੋਰਿਆਂ ਕੇ ਵੀ ਆ ਜੇ ਹਾਂ ਔਰ ਭਾਈ ਛੋਰੀਆਂ ਕੇ ਵੀ ਆ ਜੇ ਹਾਂ ਜ਼ਿਆਦਾਤਰ ਲਗਾਈਆਂ ਕੇ ਹਾਂ ਭਾਈ ਮੇਰਾ ਨਹੀਂ ਕੇ ਲਗਾਈਏ ਨਾ ਦਿਖ ਰਿਹਾ ਯਾਰ ਮਤਲਬ ਕਿ ਭਾਈ ਮੈਨੂੰ ਨਹੀਂ ਕੰਦਾ ਕਿ ਮੈਸੇਜ ਨਹੀਂ ਕਰਨੇ ਚਾਹੀਏ ਕੋਈ ਅੱਛਾ ਤਰੀਕਾ ਦਾ ਵੀ ਕਰਾ ਹੈ ਭਾਈ ਕੋਈ ਗਲਤ ਤਰੀਕਾ ਦਾ ਵੀ ਕਰਾ ਹੈ ਲੇਕਿਨ ਭਾਈ ਜੋ ਚੀਜ਼ ਮੈਂ ਕਹੂੰਗਾ ਨਾ ਸੰਸਕ੍ਰਿਤੀ ਦੀ ਇਤਨੀ

देख के कमेंट जो को आई लव यू मैं आपसे मिलना चाहती हूं यूं? को अनुए गवा अनुए ला ले दो अल्लाह भाई देख लो भाई ना जो बताई है देखो बताई बात भाई ना जो बताई है सच्चाई बात बताई है एक आधी शायरी सुन दे शायरी एक भाई अपन मां को ऊपर गेड़ी थी कल लो गेड़ी थी अबे नु कोनी बात साइड साइड बनाओ सारी चीज ऊपर बना सब बनावा हां किरे मैडम जितने तेरा पाछा फिरे हां इतना किसे पाछा टाइम गाड़ा था जो नहीं, नहीं। तो मैं सरूता कोई बात नहीं सोच लेते मैं सामा नहर दिखा इतने सोच लेता तो भाई यार या नहर है और मैंने एक जगह टूंटी खाली चलती दिखी है जबकि मेरे इस बात का दुख होया है जड़ा भी मेरा कह दिया आना चाहिए जड़ा भी तुम ने टूं दिखा चलानी की बर्बादी दिखा भाई योड़ा बंद करे करो ਬੰਦ ਕਰਿਆ ਕਰੋ ਭਈਓ ਆਪਾਂ ਨੇ ਬਚਾਣਾ ਹੈ ਇਹ ਆਪਣਾ ਪਾਣੀ ਹੈ ਆਪਣੀ ਧਰਤੀ ਹੈ ਆਪਣੀ ਹੋਵਾ ਹੈ ਆਪਣਾ ਸੰਸਾਰ ਹੈ ਆਪਣੀ ਸਮੁੰਦਰ ਹੈ ਸਾਰਾ ਸੌਦਾ ਆਪਣਾ ਹੈ ਭਾਈ ਗਸਾਇਰੀ ਯਾਦ ਆ ਗਈ ਹੋਗੀ ਸੁਣਦੇ ਭਾਈ

ਤੋਰੀ ਗੱਦਿਲ ਤੋੜੰਦ ਨੀ ਗਰਕ ਕੇ ਲਾਤ ਦੇ ਕੋਈ ਥੀ ਕੀ ਬਾਤ ਆ ਬਹੁਤ ਵਡਿਆ ਦੇਖੋ ਭਾਈ ਕੇ ਲਾਤ ਹੈ ਜੋ ਬਹੁਤ ਇਹ ਤੋ ਠੀਕ ਹੋ ਗਏ ਹਾਂ ਇਹ ਠੀਕ ਹੈ ਭਾਈ ਮਤਲਬ ਕਿ ਥੋੜੀ ਸੀ ਮੈਂ ਪ੍ਰੋਗਰਾਸ ਆ ਬਈ ਇਮਾਨਤ ਕਰਨੀ ਪੜਿਆ ਹਰ ਚੀਜ਼ ਕੇ ਲਈ ਆਹ ਪੇ ਬਈ ਬਹੁਤ ਅੱਛੇ ਦਿਨ ਲਿਆਉਂਗੇ ਕਿ ਬਈ ਜੋ ਟਾਈਮ ਘਰ ਕੇ ਦੇਖ ਲਈ ਉਹ ਟਾਈਮ ਨਹੀਂ ਰਹਿਣ ਦਿੰਦੇ ਆ ਦੇਖੋ ਉਮਰ ਛੋਟੀ ਹੈ ਲੇਕਿਨ ਤਜੁਰਬਾ ਬਹੁਤ ਵੱਡਾ ਹੈ ਈ ਤਨ ਜੂ ਬਤਾਈ ਬਗਰ ਕੇ ਕਿ ਜੋ ਸਥਿਤੀ ਸਹੀ ਹੋਈ ਹੈ ਉਹ ਤੇਰੀ ਵਜੇ ਤੋਂ ਹੋਇਆ ਘਰ ਕੇ ਨਾ ਕੋਈ ਬਿਜ਼ਨਸ ਕਰ ਲਿਆ ਔਰ ਕੀ ਹੋਇਆ ਹੈ ਨਾ ਬਈ ਮੇਰੀ ਵਜੇ ਤੋਂ ਬੋ ਮੈਨ ਕੋਈ ਮਤਲਬ ਨਹੀਂ ਨਿਕੰਦਾ ਬਈ ਥੋੜਾ ਬੋਤ ਸੁਮਾਨ ਲੈ ਆ ਦਿਉਂ ਘਰ ਕੇ ਖਾਤਰੀ ਤਨ ਮਤਲਬ ਨਹੀਂ ਨਿਕੰਦਾ ਕਿ ਬਈ ਮੰਨੇ ਸੰਭਾਲਿਆ ਹੈ ਮੇਰੀ ਮਾਨ ਨੇ ਸੰਭਾਲਿਆ ਵਾ ਸਾਰਾ ਸੋਦਾ ਮਤਲ ਜੱਜ ਹੈਗਾ ਬਈ ਕੰਮ ਕਰ ਕਰ ਕੇ ਮੇਰੀ ਮਾਂ ਇਸ ਟਾਈਮ ਤਾਂ ਮੇਰੀ ਮਾਸ ਕਰ ਰਹੀ ਹੈ ਜੋ ਵੀ ਕਰ ਰਹੀ ਹੈ ਲੇਕਿਨ ਇਹ ਸਾਰਾ ਬੋਝ ਮੇਰੇ ਕੰਧਾਂ 'ਤੇ ਆ ਬਾਈ ਮੈਨੂੰ ਸੰਭਾਲਣਾ ਕਿ ਜਾਏ ਠੀਕ ਹੈ ਬਾਤ ਕੈਮਰਾਮੈਨ ਤਾਂ ਹੋ ਗਿਆ ਕੈਮਰਾ ਚੁਗਰ ਦੋ ਕੋ ਮੈਂ ਦੇਗਾ ਬਈ ਇਹ ਉਰੇ ਬਹੁਤ ਵੱਡਾ ਹੀਵੇ ਹੈ ਉਰੇ ਬਿਜਲੀ ਦੇ ਵੱਡੇ ਵੱਡੇ ਖੰਭੇ ਵੀ ਆ ਖੰਭੇ ਦਿਖਾ ਦੇ ਬਾਈ ਆ ਉਪਰਲਾ ਸਾਈਡ ਦਾ ਦਿਖਾ ਦੇ ਉਰੇ ਨਹਿਰ ਵੀ ਆ ਬਾਈ ਦੇਖ ਸਕੋ ਆ ਬੜਾ ਨਹਿਰ ਵੀ ਹੋਰ ਬਹੁਤ ਲੀਲਾ ਪਾਣੀ ਹੈ ਇੱਕ ਹੋਰ ਦਿਖਾ ਦੇ ਰੜਾਲ ਸੀਜਨ ਦੇ ਬੋਤਲ ਦੇ ਡੱਬੇ ਵੀ ਪੜਿਆ ਬਾਈ ਉਹ ਆड़ा ਦੇਖ ਮਨਾ ਦਾ ਰੁਪੇ ਦਾ ਜਾਮ ਕਲਾਸ ਵੀ ਪੜੇ ਆ ਐ ਤੋਂ ਭਾਈ ਇਹ ਬੁਰੀ ਚੀਜ਼ਾਂ ਦਾ ਬਚਕਰ ਰਹੇ ਕਰੋ ਉਰਨਾ ਕਰ ਲੈ ਭਾਈ ਪ੍ਰਕਿਰਤੀ ਦਾ ਪਿਆਰ ਕਰੇ ਕਰੋ ਆ ਜੀਵਨ ਮੇ ਇੱਕ ਇੱਕ ਦੋ ਦੋ ਪੇਡਾ ਜ਼ਰੂਰ ਲਾਓ ਭਈਓ ਸਾਰੀ ਜ਼ਿੰਦਗੀ ਪ੍ਰਕਿਰਤੀ ਆਪ ਤੈ ਸੇਸ਼ ਦੇਵੇਗੀ ਭਈਓ ਪ੍ਰਕਿਰਤੀ ਕੀ ਰਿਐਕਸ਼ਨ ਦੇਵੇ ਹੈ ਜੇ ਆਪਾਂ ਮਤਲਬ ਕਿ ਪ੍ਰਕਿਰਤੀ ਕੇ ਅੱਛੀ ਸੋਚਾਂਗੇ ਤੋ ਆਪਣਾ ਅਥਾ ਸੋਚ ਹੈ ਕਿ ਜੇ ਅਪ ਪ੍ਰਗਤੀ ਕੇ ਸਾਥ ਆ ਨਹੀਂ ਕਰਾਂਗੇ ਤੋ ਆਪਣੀ ਹਾਨੀ 100% ਹੋਏ ਹੋਏਗੀ ਮੈਨੂੰ ਨਹੀਂ ਕਹਦਾ ਭਗਵਾਨ ਹੈ ਕਿ ਨਹੀਂ ਹੈ ਲੇਕਿਨ ਪ੍ਰਕਿਰਤੀ ਕੋਈ ਜਰੂਰ ਚੀਜ਼ ਜਰੂਰ ਹੈ ਜੋ ਸੰਤੁਲਨ ਬਣਾ ਕੇ ਰੱਖਾ ਹੈ ਤੋ ਭਾਈਓ ਵੀਡੀਓ ਕਿਸੇ ਲੱਗ ਗਈ ਭਾਈ ਕੇ ਵਿਚਾਰ ਕਿਸੇ ਲੱਗੇ ਸਾਰੇ ਕੇ ਸਾਰੇ ਭਾਈ ਕਮੈਂਟ ਕਰ ਕਰਤਾ ਦਿਓ ਭਾਈ ਅਜੇ ਤੇਰੇ ਪਰ ਮੈਂ ਇੱਕ ਬਾਤ ਪੁੱਛਣਾ ਚਾਹੂੰਗਾ ਇੱਕ ਤਨੇ 9 ਵਰਸ ਪਰ ਸਟੋਰੀ ਵੀ ਲਗਾਈ ਥਰੀ ਵੀ ਵੀ ਕਹੀਏ ਤਨੇ ਬਾਤ ਤੋਹਾਰੇ ਇੱਕ ਬਾਤ ਕਪਾਛ ਵੀ ਉਹ ਵੀ ਹੋ ਗਿਆ ਯੂ ਯਾਰ ਕੇ ਚੱਕਰ ਹੈ ਕੱਥੜਾ ਲੈ ਅੱਛਾ ਭਾਈ ਉਹ ਯੂ ਬੇਰਾ ਕੇ ਬਾਤ ਯੂ ਮਰ ਅ ਇੱਕ ਏਰੀਏ ਏਰੀਏ ਲਗਵਾ ਜੋ ਗਿਰਿਆ ਮਾਰੈਰੀਆ ਮਤਲਬ ਇਹ ਬਈਓ ਬੋਲ ਲਾ ਭਾਈ ਨਾ ਬਈਓ ਬੋਲਦੇ ਆ ਮਤਲਬ ਇਹ ਨੂੰ ਕੋਈ ਬਾਤ ਵਗੈ ਕਰ ਤੋਂ ਦੋ ਬਾਤ ਬਾਤ ਵੀ ਹੋ ਵੀ ਹੋ ਵੀ ਹੋ ਯਾਰ ਆਦਤ ਸੀ ਵੀ ਹੋ ਰਹੀ ਹੈ ਲੇਕਿਨ ਇੱਕ ਟ੍ਰੈਂਡ ਵੀ ਹੈ ਪ੍ਰਮਾਤਮਾ ਨੇ ਜੈਸੀ ਆਵਾਜ਼ ਦੇ ਰੱਖੀ ਆਪਾਂ ਵਾਹ ਬੋਲੇ ਕਰਾਂ ਭਈ ਉਹ ਤੇਰਾ ਅਗਲਾ ਬਿੰਨੂ ਮੈਂ ਬੋਲ ਰਿਹਾ ਹਾਂ ਕੱਲ ਨੂੰ ਜੇ ਕਿਸੇ ਹੋਰ ਕਲਾਕਾਰ ਦਾ ਇੰਟਰਵਿਊ ਕਰਾਂਗੇ ਉਹਨਾਂ ਅੱਗੇ ਵੀ ਐਉਂ ਬਾਤ ਚੱਲ ਲੈਣਗੇ ਆਪਣੀ ਦੇਸੀ ਭਾਸ਼ਾ ਮੈਂ ਭਾਈ ਠੀਕ ਹੈ ਭਾਈ ਬਾਤ ਆਪਣੀ ਦੇਸੀ ਭਾਸ਼ਾ ਨੇ ਉੱਪਰ ਠਾਇਗ ਰੱਖੋ ਭਾਈ ਇੰਗਲਿਸ਼ ਅੰਗਲੀ ਸਮਾਂ ਨਾ ਬੜੋ ਕੜਾ ਇੰਗਲੈਂਡ ਅੰਗਰੇਜ਼ਾਂ ਦੇ ਪੱਕਾ ਐਂਡ ਆਪਣਾ ਹਰਿਆਣਾ ਮਾਂ ਬੋਲੀ ਨਾ ਉੱਪਰ ਲੈ ਕੇ ਜਾਓ ਭਾਈ ਛੱਬੀਓ ਬੇਰਾ ਕੇ ਬਾਤ ਹੈ ਲਾਸਟ ਮੈਂ ਤੇਰਾ ਅਸਲੀ ਨਾਮ ਮੋਰ ਬਤਾ ਦੇ ਕੇ ਆ ਭਾਈ ਅਸਲੀ ਨਾਮ ਆਪਣਾ ਅਨਿਕੇਤ ਹੈ ਅਰ ਅਨਿਕੇ ਲੜਲਾ ਬਾਈ ਅਨਿਕੇਤ ਮੈਂ ਦੋ ਅਕਸਰ ਨਹੀਂ ਕਹਿ ਲਿਆ ਕਿ ਐਨ ਆਰ ਕੇ ਫਿਰ ਪਾਛਾ ਨੂੰ ਲਗਾ ਰੱਖਿਆ ਬਾਈ ਅਨਿਕੇ ਲੜਲਾ ਨੂੰ ਬਣਿਆ ਅੱਛਾ ਲੜਲਾ ਕੀ ਸ਼ਾਬਤ ਹੈ ਫਿਰ ਲੜਲਾ ਤਾਂ ਨਾ ਕੋਣ ਕਹੇ ਕਰਦਾ ਲੜਲਾ ਬਾਈ ਮਤਲਬ ਇਹ ਗਲੀ ਮੇ ਦੋਸਤ ਕਹੇ ਕਰਨ ਸੇ ਲੜਲੇ ਲੜਲੇ ਨੂੰ ਕਹੇ ਕਰਨ ਫਿਰ ਵੀ ਯਾਰ ਅਗਰ ਮੈਂ ਐਨ ਕੇ ਨਰਵਾਣਾ ਲਾਂਦਾ ਰ ਅੱਛਾ ਸਾਨ ਲੱਗਿਆ ਫਿਰ ਐਨ ਕੇ ਲੜ ਲੈ ਜਿੱਤ ਗਿਆ ਪਾਛਾ ਅੱਛਾ ਤੂੰ ਨੂੰ ਬਤਾ ਜੁਗਰ ਨੂੰ ਤਾਂ ਨਹੀਂ ਕੀ ਐਨ ਕੇ ਐਨ ਤੇਰਾ ਨਾਮ ਹੋਰ ਕੇ ਕਿਸੇ ਛੋਰੀ ਦਾ ਨਾਮ ਹੋ ਜਾਂ ਤੇਰਾ ਪਿਆਰ ਦਾ ਨਾਮ ਹੋ ਐਸਾ ਕੁਛ ਨਾ ਐਨ ਤਾਂ ਤਾਂ ਮੇਰਾ ਨਾਮ ਮੈਂ ਕੋਈ ਨਹੀਂ ਪੜਦਾ ਬਾਈ ਨਾਮ ਤਾਂ ਮੇਰਾ ਇਹ ਤਾਂ ਪੜਾ ਐਸਾ ਕੁਛ ਕੋਈ ਨਹੀਂ ਫਿਰ ਮੈਂ ਜਾਏ ਤਾਂ ਕਰ ਰਿਹਾ ਹੂੰ ਕਿ ਉਸਕਾ ਕਿ ਭਾਈ ਨੇ ਦਿਖਾ ਦੇ ਕਰਗਾ ਭਾਈ ਰੁਕ ਕੇ ਮਾਰਾ ਥਾ ਉਹ ਦੇਖ ਰਿਹਾ ਬੈਜ ਗਿਆ ਬੈਜ ਗਿਆ ਬੈਜ ਗਿਆ ਐ ਨੂੰ ਤਾਂ ਜੂ ਕਰ ਲੈ ਲੈ ਐ ਫਿਰ ਅਨਕੇਤ ਕਰ ਐਨਕੇ ਕਾ ਤਾਂ ਕੋਈ ਮਰਤ ਬਲੇ ਕੋ ਨਹੀਂ ਬਈ ਬਰਾ ਯੂ ਨਿਕ ਨੇਮ ਚਾਹੀਏ ਥਾ ਮਨਾ ਫਿਰ ਮੇਰਾ ਏ ਐਨ ਆਈ ਕੇ ਈ ਟੀ ਸਪੈਲਿੰਗ ਹੈ ਫਿਰ ਉਸ ਮੇ ਤਾਂ ਐਨਰ ਕੇ ਕੈਡ ਰੱਖਿਆ ਬਈ ਦੋ ਅੱਖਰ ਅੱਛਾ ਕਾ ਦਿਨ ਲੱਗ ਗਿਆ ਤਨਾ ਯੂ ਨਾਮ ਸੋਚਣ ਮੈਂ ਬਈ ਨਾਮ ਸੋਚਣਾ ਮੇਰਾ ਪਹਿਲਾਂ ਮਨਾ ਪੂਰਾ ਨਾਮ ਉਧਰ ਹੈ ਥਾ ਨਿਕੇਤ ਸ਼ਰਮਾ ਆਈਡੀ ਦਾ ਫਿਰ ਮਨਾ ਯਾਰ ਅੱਛਾ ਸਾਂ ਲੱਗ ਗਿਆ ਮਤਲਬ ਕੋਈ ਆਈਡੀ ਕਾਰਡ ਕਰਾ ਸਲੀ ਕਿਹੜਾ ਕੋਂਦੀ ਬਸ ਹੈਲੀ ਸੀ ਤੋ ਇਹ ਮੈਂ ਫਿਰ ਮੇਰੇ ਤੇ ਇੱਕ ਦੋਸਤ ਨੂੰ ਤਾਂ ਇਹਨੂੰ ਤੇਰਾ ਤੇਰਾ ਉਸ ਮੈਂ ਤਾਂ ਕੈਡ ਲੈ ਫਿਰ ਯਾਰ ਬਤਰਨ ਬਰਨ ਫਿਰ ਬੀਬੀ ਕੇ 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 ਆਏ ਫਿਰ ਮੇਰਾ ਦਿਮਾਗ ਮੈਂ ਇੱਕ ਜਣਾ ਨੇ ਬਤਾਇਆ ਮੇਰੇ ਤੇ ਮੇਰਾ ਦੋਸਤ ਥਾ ਉਹ ਪੀ ਕੇ ਲੜ ਲਟੇ ਗਿਆ ਥਾ ਆਪਣਾ ਨਾਮ ਫਿਰ ਉਸ ਨੂੰ ਤਾਂ ਤੋ ਵੀ ਮੈਨੂੰ ਕਹ ਮੇਰੇ ਤੇਰੀ ਨੂ ਨਾਮ ਕੈਡ ਲੈ ਫਿਰ ਬਈ ਮੈਂ ਐਨ ਕੇ ਕੈਡ ਲੈ ਫਿਰ ਉਹ ਲੜ ਲਾ ਮੇਰੇ ਤੇ ਕਹਿ ਕਰਦਾ ਫਿਰ ਮੈਂ ਲੜ ਲੈ ਲੈ ਦੀ ਅੱਛਾ ਬਗਰ ਕੇ ਕੇ ਇੱਕ ਮੈਂ ਤੇਰੇ ਤੈਨ ਕੇ ਲੜ ਲਾ ਕੋ ਮੈਂ ਕਹ ਬੇਟਾ ਨਿਕੇ ਲੜ ਲਾ ਕੋ ਮੈਂ ਬਕੋ ਚੇ ਨਿਕੰਦਗਰ ਕਦ ਮਤਲਬ ਕਿ ਅਨਿਕੇ ਤੇ ਕਮਾਹ ਗਰਕੇ ਨੇ ਤੋਂ ਅਨਿਕੇ ਦਾ ਨਾਮ ਤਾਂ ਵੇਰਾ ਨਿਕਿਆ ਤੋਂ ਲੇਕਿਨ ਇਹ ਕੰਨ ਨਾ ਐਨ ਕੇ ਲੈ ਰਿਆ ਪੜਨੇ ਵੀ ਥੋੜੇ ਦਿਨ ਮੈਂ ਲੈ ਜਾਂਗੇ ਐਨ ਕੇ ਅੱਛਾ ਤੁਨੂੰ ਬਤਾਈ ਕਿਹੜਾ ਵੱਡਾ ਹੈ ਤੂੰ ਮੈਂ ਸਰਕਾਰੀ ਸਕੂਲ ਮੈਂ ਪੜਦਾ ਨਰਵਾਨ ਸਰਕਾਰੀ ਸਕੂਲ ਮੈਂ ਪੜਦਾ ਹਾਂ ਜੋ ਕਰੋੜਾ ਮਾਸਟਰ ਵੀ ਤਨਾ ਪਾਉਂਦੇ ਹੋਗੇ ਤੇਰਾ ਤਾਂ ਜ਼ਿਆਦਾ ਰਮਾਂਡ ਲੈਂਦੇ ਹੋ ਕਿ ਤੂੰ ਪੜਦਾ ਉਹਨੂੰ ਸਾਇਰੀ ਬਣਾਵਾ ਨਾ ਨਾ ਬਈ ਪੜਾਈ ਮੈਂ ਵੀ ਆਪਣਾ ਇਤਨਾ ਧਿਆਨ ਜਿਤਨਾ ਸਾਇਰੀ ਮੈਂ ਇਸੀ ਬਾਤ ਕੋ ਨਹੀਂ ਮਾਸਟਰਾਂ ਕੀ ਬਈ ਫੁੱਲ ਸਪੋਰਟ ਹੈ ਗਾਣਾ ਤਾਂ ਮੈਂ ਮਾਸਟਰਾਂ ਕਰ ਕੇ ਮੈਂ ਤੋ ਲਗੀ ਗਾਣਾ ਤਾਂ ਮਾਸਟਰਾਂ ਨਾ ਉਸਲੇ ਦੇ ਮੇਰੇ ਤੇ ਫਿਰ ਉਹਨੇ ਇੱਕ ਬਾਤ ਕਹੀ ਸੀ ਬਈ ਪੜਾਈ ਵੀ ਧਿਆਨ ਰੱਖੇ ਇਸ ਚੀਜ਼ ਵਿੱਚ ਧਿਆਨ ਰੱਖੇ ਕਿਉਂ ਇਸ ਗੱਲ ਪੜਾਈ ਵੀ ਜ਼ਰੂਰੀ ਹੈ ਬਈ ਅੱਛਾ ਮਾਸਟਰਾਂ ਦਾ ਜੋ ਸਾਇਰੀ ਉੱਥੀ ਉਹ ਵਾਇਰਲ ਹੋ ਕੇ ਗਈ ਸੀ ਬੇਰਾ ਪਟਿਆ ਮਾਸਟਰ ਨੇ ਨਾ ਮਾਸਟਰਾਂ ਦਾ ਮੈਨੂੰ ਛੁੱਟੀ ਮਤਲਬ ਕਿ ਇੱਕ ਦਿਨ ਯਾਰ ਛੁੱਟੀ ਚਾਹੀਏ ਸੀ ਮੈਨੂੰ ਤਾਂ ਫਿਰ ਉਸ ਦਿਨ ਬਤਾਇਆ ਤਾਂ ਉਸ ਦਿਨ ਮਨਾ ਮਾਸਟਰ ਦਾ ਸੁਣਾਈ ਵੀ ਦੀ ਸਾਇਰੀ ਤੋਂ ਮਾਸਟਰ ਨੇ ਮੇਰੀ ਇਹ ਬਾਤ ਸਮਝੀ ਤਾਂ ਕਹਿ ਦਿੱਤਾ ਮਤਲਬ ਬਰੀ ਪ੍ਰੇਰ ਨਾਲ ਕਹਿ ਦਿੱਤੀ ਇਹ ਬਾਤ ਵਈ ਨਾ ਸਪੋਰਟ ਕਰੋ ਫਿਰ ਉਹ ਦਿਨ ਪਾਛ ਮਤਲਬ ਕਿਉਂ ਸੁਲਾਸਾ ਆ ਗਿਆ تھا ਸਕੂਲ ਨੂੰ ਵੀ ਸਾਰੇ ਬਾਲਕ ਜਾਣ ਲੱਗ ਗਏ ਸੱਚਾ ਸਕੂਲ ਮੇ ਜਾਣ ਲੱਗ ਗਏ ਜੋ ਸੋਸ਼ਲ ਆਪਣਾ ਜੁਗਰ ਲੈ ਲਈ ਪ੍ਰੋਗਰਾਮ ਨਹੀਂ ਕਰਾ ਸਕੂਲ ਲਾ ਮੇ 26 ਜਨਵਰੀ ਕਾ 15 ਅਗਸਤ ਕਾ ਇਹਨ ਮੇ ਬਾਗ ਲੈ ਵਤੋਂ ਬਲੇ ਲੈ ਹਾਂ अच्छा हां मास्टर कायदे तो ले लिया बाकी अपनी वा बा, उससे करनी है कदे अच्छा भाई जितने दर्शक देखन लए रहे जो भाई पढे हैं इस टाइम भाई इन में जरूर भाग ले करो अब बोलना सीखो बहुत सारे भाईयां विदेश जाने का सपना जरूर होगा तो इन चीजों में भाई फर्क पड़ा है इन चीजों में बहुत ज्यादा फर्क पड़ा है बोलना सीख के भाई मतलब कि भरी प्रेम में बोल जानदा हरी सु चीज तो मैं मतलब कि कड़िया में जाऊं नहीं अगर मेरा शो शा भी हो कड़िया वीक एंटरटेनमेंट वगैरह जैसे इन चीजों में जाऊं हूं तो स्कूल के उस टाइम में ऐसी चीज मिल्या मैं स्कूल में बोल्या करो था भाई और जाएगा फिर मैं कदे बैठ क्या कोनी ਠੀਕ ਹੈ ਤਾਂ ਵੀਡੀਓ ਕਿਸੇ ਲਾ ਕੇ ਕਮੈਂਟ ਜ਼ਰੂਰ ਦੇ ਦਿਓ ਜੈ ਜਵਾਨ ਜੈ ਕਿਸਾਨ ਜੈ ਹਰਿਆਣਾ ਜੈ ਹਰਿਆਣਵੀ ਜੈ ਦਾਦਾ ਖੇੜਾ ਕੀ